ਮੈਂ ਅਸੀਂ ਪੁੱਛਾਂਗੇ ਜੀ। ਹਾਂਜੀ ਸਰ, ਕੀ ਕਾਰਨ ਹੈ ਜੀ ਅੱਜ ਕੀ? ਨਾਮ ਕੀ ਹੈ ਤੁਹਾਡਾ? ਮੇਰਾ ਨਾਮ ਮੱਖਣ ਸਿੰਘ, ਮੈਂ ਖੁਜਾਰਥੀ ਹਾਂ ਪੰਜਾਬੀ ਯੂਨੀਵਰਸਿਟੀ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਤੋਂ। ਅਤੇ ਅਸੀਂ ਇਸ ਕਰਕੇ ਖੜ੍ਹੇ ਹਾਂ ਕਿ ਜਿਹੜਾ ਸਾਡੇ ਗੁਰੂ ਘਰ ਦੀ ਪਰੰਪਰਾ ਇਤਿਹਾਸ ਹੈ ਉਹ ਬਹੁਤ ਦੁਨੀਆ ਤੋਂ ਨਿਆਰਾ, ਉਹ ਰੂਹਾਨੀਆਂ ਅਤੇ ਅਧਿਆਤਮਿਕਤਾ ਨਾਲ ਜੁੜਿਆ ਹੋਇਆ। ਅਤੇ ਜਿਹੜੀਆਂ ਦੁਨੀਆਦਾਰੀ ਦੀਆਂ ਮੁਕਾਬਲੇਬਾਜ਼ੀ 'ਚ ਪੈ ਕੇ ਅਸੀਂ ਜਿਹੜੀਆਂ ਛੋਟੇ ਰੂਪ ਗੁਰੂ ਦੇ ਦਰਸਾਉਣ ਲੱਗੇ ਹਾਂ, ਉਹ ਭਾਵੇਂ ਨਾਟਕਾਂ ਰਾਹੀਂ ਫਿਲਮਾਂ ਰਾਹੀਂ, ਇਹ ਗੁਰੂ ਦੀ ਰੂਹਾਨੀ ਆਭਾ ਨੂੰ ਕਿਸੇ ਵੀ ਰੂਪ 'ਚ ਦਰਸਾਉਣ ਦੇ ਯੋਗ ਨਹੀਂ ਹੈਗੇ ਅਤੇ ਨਾ ਇਹ ਗੁਰੂ ਘਰ ਦੀ ਪਰੰਪਰਾ 'ਚ ਕਿਸੇ ਤਰ੍ਹਾਂ ਸ਼ਾਮਿਲ ਨੇ। ਇਸ ਕਰਕੇ ਇਹ ਕਿਸੇ ਵੀ ਤਰ੍ਹਾਂ ਦੀ ਕੋਈ ਫਿਲਮਾਂ, ਬਹੁਤੇ ਲੋਕ ਇਹ ਕਹਿ ਰਹੇ ਆ ਕਿ ਕਾਰਟੂਨ ਅਤੇ ਐਨੀਮੇਸ਼ਨ 'ਚ ਫਰਕ ਹੁੰਦਾ, ਕੋਈ ਫਰਕ ਨਹੀਂ, ਇਹ ਸਾਰੇ ਬੁੱਤਾਂ ਦੀ ਕੋਈ ਬਰੀਕ, ਕੋਈ ਸਥੂਲ, ਕੋਈ ਸੂਖਮ ਰੂਪ ਹੈ। ਇਸ ਕਰਕੇ ਅਸੀਂ ਭਾਵੇਂ ਫਿਲਮ ਦੇ 'ਚ ਨਾਟਕ ਦੇ ਕਿਸੇ ਵੀ ਰੂਪ 'ਚ ਕੋਈ ਦ੍ਰਿਸ਼ ਦੇ ਰੂਪ 'ਚ ਗੁਰੂ ਨੂੰ ਦਰਸਾਉਣ ਦੀ, ਗੁਰੂ ਦੇ ਘਰ ਦੇ ਜਿਹੜੇ ਗੁਰੂ ਪਰਿਵਾਰ ਨੇ ਅਤੇ ਸਾਡੇ ਗੁਰੂ ਘਰ ਦੇ ਸ਼ਾਨਾ ਮੱਤੀ ਸ਼ਹੀਦ ਅਤੇ ਸਾਡੀਆਂ ਵੱਡੀਆਂ ਸ਼ਖਸੀਅਤਾਂ ਨੇ ਉਹਨੂੰ ਦਿਖਾਉਣ ਦੀ ਅਸੀਂ ਹਰ ਕਿਸੇ ਇਜਾਜ਼ਤ ਨਹੀਂ ਦੇਵਾਂਗੇ ਅਤੇ ਬੰਦ ਹੋਣਾ ਚਾਹੀਦਾ ਸਰ। ਕੀ ਇਹ ਫਿਲਮ ਦੀ ਜਿਹੜਾ ਪੂਰੀ ਤਰ੍ਹਾਂ ਦਾ ਵਿਰੋਧ ਤਾਂ ਕੀਤੀ ਹੈਗੀ? ਬਿਲਕੁਲ ਜੀ, ਕਰ ਰਹੇ ਹਾਂ ਅਸੀਂ। ਪਟਿਆਲੇ ਦੇ ਵਿੱਚ ਹੀ ਹੋ ਰਹੇ ਆ? ਨਹੀਂ, ਇਹ ਮਤਲਬ ਸੋਸ਼ਲ ਮੀਡੀਆ ਤੋਂ ਲੈ ਕੇ ਜ਼ਮੀਨੀ ਪੱਧਰ ਤੱਕ ਜਿਹੜਾ ਇਹਦਾ ਵਿਰੋਧ ਹੈ ਉਹ ਬੁਰੀ ਤਰ੍ਹਾਂ ਸ਼ੁਰੂ ਹੋ ਗਿਆ। ਅਤੇ ਪਹਿਲਾਂ ਵੀ ਨਾਨਕ ਸ਼ਾਹ ਫਕੀਰ ਦੇ ਰੂਪ 'ਚ ਦੋ ਵਾਰ ਅਟੈਂਪਟ ਕੀਤੀ ਸੀ ਅਤੇ ਸਿੱਖ ਪੰਥ ਨੇ ਉਹਨੂੰ ਵੀ ਬਿਲਕੁਲ ਤਸੱਲੀ ਨਾਲ ਬੰਦ ਕਰਵਾਇਆ ਅਤੇ ਇਹ ਫਿਲਮ ਵੀ ਅਸੀਂ ਚੱਲਣ ਨਹੀਂ ਦੇਵਾਂਗੇ। ਇਹ ਜਿਹੜਾ ਤੁਹਾਡਾ ਪ੍ਰੋਜੈਕਟ ਹੈ, ਇਸ ਤੋਂ ਨੈਕਸਟ ਸਟੈਪ ਕੀ ਹੋਊਗਾ ਤੁਹਾਡਾ, ਇਹ ਜਿਹੜਾ ਤੁਸੀਂ ਇੱਥੇ ਧਰਨਾ ਦੇ ਰਹੇ? ਅਸੀਂ ਪਹਿਲਾਂ ਜਿਨ੍ਹਾਂ ਨੇ ਦੇਖਣੀ ਆ ਸਿੱਖ ਸੰਗਤਾਂ ਨੇ, ਅਸੀਂ ਉਹਨਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਇਹ ਚਲਾਈ ਆ ਅਤੇ ਇਹਨੂੰ ਅਸੀਂ ਆਮ ਸਿੱਖ ਸੰਗਤਾਂ ਤੱਕ, ਗੁਰਦੁਆਰਾ ਸਾਹਿਬ ਤੱਕ, ਯੂਨੀਵਰਸਿਟੀਆਂ ਤੱਕ, ਕਾਲਜਾਂ ਤੱਕ, ਪੜ੍ਹੇ ਲਿਖੇ ਸਿੱਖ ਨੌਜਵਾਨ ਵਰਗ ਤੱਕ ਲੈ ਕੇ ਜਾਵਾਂਗੇ ਕਿ ਸਾਡੀਆਂ ਪਰੰਪਰਾ ਦਾ ਘਾਣ ਹੈ। ਅਤੇ ਤੁਸੀਂ ਜਿਹੜਾ ਇਹ ਇੱਥੇ ਬੰਦ ਕਰੋਗੇ ਇਹਨੂੰ ਧਰਨੇ ਨੂੰ, ਜਾਂ ਅੱਗੇ ਵੀ ਤੁਸੀਂ ਰੋਸ ਮਾਰਚ ਕਰਨਾ? ਨਹੀਂ, ਅਸੀਂ ਇਹਨੂੰ ਲਾਇਬ੍ਰੇਰੀ 'ਤੇ ਜਾ ਕੇ ਖਤਮ ਕਰਾਂਗੇ ਅਤੇ ਸ਼ਾਮ ਨੂੰ ਅਸੀਂ ਇਹ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਸੰਗਤਾਂ ਨੂੰ ਜਾਗਰੂਕਤਾ ਵਾਸਤੇ ਉੱਥੇ ਅਸੀਂ ਜਿਹੜੀਆਂ ਸਿੱਖੀ ਦੀਆਂ ਸੰਸਥਾਵਾਂ ਨੇ ਇਸ ਟਾਈਮ ਮੌਜੂਦਾ ਟਾਈਮ 'ਚ ਉਹ ਅਕਾਲ ਤਖਤ ਸਾਹਿਬ ਹੈ ਅਤੇ ਹੋਰ ਵੀ ਜਿਹੜੀਆਂ ਵੱਖ ਵੱਖ ਸਾਡੀਆਂ ਸੰਸਥਾਵਾਂ ਨੇ ਅਸੀਂ ਉਹਨਾਂ ਦੇ ਪ੍ਰਬੰਧਕਾਂ ਨੂੰ ਮਿਲਾਂਗੇ ਅਤੇ ਇਸ ਗੱਲ ਦੇ ਲਈ ਇਹ, ਕਿਉਂਕਿ ਸਾਡੇ ਗੁਰੂ ਨਾਲ ਅਤੇ ਸਾਡੀ ਰੂਹਾਨੀਅਤ ਨਾਲ ਇਹ ਸਾਡੀ ਰੂਹਾਨੀ ਖੁਦਕੁਸ਼ੀ ਦਾ ਰਾਹ ਖੋਲ੍ਹਦੀਆਂ ਨੇ ਚੀਜ਼ਾਂ ਅਤੇ ਇਹਦੇ ਨਾਲ ਸਾਡੀ ਆਉਣ ਵਾਲੀ ਜਿਹੜੀ ਨੌਜਵਾਨ ਪੀੜ੍ਹੀ ਆ ਉਹਨਾਂ ਦੀ ਸੁਰਤ ਦੇ ਵਿੱਚ ਵੱਡੇ ਪਾੜੇ ਪੈ ਜਾਣਗੇ ਸਾਡੀਆਂ ਸ਼ਹੀਦਾਂ ਨੂੰ ਅਤੇ ਸਾਡੀਆਂ ਪਰੰਪਰਾ ਨੂੰ ਲੈ ਕੇ ਅਤੇ ਅਸੀਂ ਇਸ ਦੇ ਜਾਗਰੂਕਤਾ ਮੁਹਿੰਮ ਵੱਲ ਨੂੰ ਵੱਧਦੇ ਹੋਏ ਅਤੇ ਇਹਨੂੰ ਬੰਦ ਕਰਾਉਣ ਤੱਕ ਜਾਵਾਂਗੇ। ਹਾਂਜੀ ਬਾਬਾ ਜੀ, ਕੀ ਨਾਮ ਹੈ ਤੁਹਾਡਾ ਅਤੇ ਜਿਹੜਾ ਇਹ ਤੁਸੀਂ ਅੱਜ ਪ੍ਰੋਜੈਕਟ ਕਰ ਰਹੇ ਹੋ ਇਹਦੇ ਬਾਰੇ ਦੱਸੋਗੇ? ਮੇਰਾ ਨਾਮ ਗੁਰਚਰਨ ਸਿੰਘ ਹੈ ਅਤੇ ਲੋਕਲ ਪਟਿਆਲੇ ਦੇ ਰਹਿਣ ਵਾਲੇ ਹਾਂ ਅਸੀਂ। ਅਤੇ ਦਾਸਤਾਨ ਏ ਮੀਰੀ ਪੀਰੀ ਫਿਲਮ ਜਿਹੜੀ ਐਨੀਮੇਟਿਡ ਫਿਲਮ ਹੈ ਅਤੇ ਉਹਦੇ ਨਾਲ ਪੰਥ ਦੇ ਵਿੱਚ ਬੜਾ ਰੋਹ ਦਾ ਪ੍ਰਗਟਾਵਾ ਪੈਦਾ ਹੋਇਆ। ਪਹਿਲਾਂ ਵੀ ਇਸ ਤਰ੍ਹਾਂ ਦੀ ਇਹ ਹਿਮਾਕਤਾਂ ਹੁੰਦੀਆਂ ਰਹੀਆਂ ਨੇ ਅਤੇ ਇਸ ਦੌਰ ਦਾ ਜਿਹੜਾ ਜਨਮ ਹੈ ਉਹ ਗੁਰੂ ਸਾਹਿਬ ਦੀ ਜਿਹੜੀ ਤਸਵੀਰਾਂ ਦੀ ਜਿਹੜੀ ਪੇਸ਼ਕਾਰੀ ਹੈ ਉੱਥੋਂ ਹੀ ਸ਼ੁਰੂ ਹੋ ਗਿਆ ਸੀ। ਚੱਲਦਾ ਚੱਲਦਾ ਪੰਥ ਦੇ ਇੱਕ ਛੋਟੇ ਜਿਹੇ ਹਿੱਸੇ ਨੇ ਸ਼ੁਰੂ 'ਚ ਵੀ ਵਿਰੋਧ ਕੀਤਾ ਸੀ ਅਤੇ ਇੱਕ ਪਿੱਛੇ ਜੇ ਚਾਰ ਸਾਹਿਬਜ਼ਾਦੇ ਐਨੀਮੇਟਿਡ ਮੂਵੀ ਆਈ, ਫਿਰ ਨਾਨਕ ਸ਼ਾਹ ਫਕੀਰ ਵੇਲੇ ਪ੍ਰੋਟੈਸਟ ਹੋਇਆ, ਉਹ ਪੰਥ ਦੇ ਵਿੱਚ ਅੰਦਰੋਂ ਅੰਦਰ ਇੱਕ ਰੋਹ ਪਲ ਰਿਹਾ, ਗੁੱਸਾ ਪਲ ਰਿਹਾ, ਕਿਉਂਕਿ ਗੁਰੂ ਸਿੱਖ ਦਾ ਸ਼ਬਦ ਗੁਰੂ ਦਾ ਸਿਧਾਂਤ ਹੈ, ਸਿੱਖ ਅਨੁਭਵ ਦੇ ਨਾਲ ਗੁਰੂ ਨਾਲ ਜੁੜਦਾ ਹੈ, ਇਹ ਸਿੱਖ ਗੁਰੂਆਂ ਦਾ ਆਕਾਰ ਨਿਸ਼ਚਿਤ ਕਰਦੀ ਹੈ, ਉਸ ਬਿੰਬ ਨੂੰ ਘੇਰਾ ਦਿੰਦੀ ਹੈ, ਘੇਰੇ 'ਚ ਉਸ ਬਿੰਬ ਨੂੰ ਸਿਰਜ ਦਿੰਦੀ ਹੈ। ਸੋ ਸਿੱਖ ਦਾ ਜੋ ਗੁਰੂ ਨਾਲ ਰਿਸ਼ਤਾ ਹੈ ਉਹ ਅਹਿਸਾਸਾਂ ਦਾ ਹੈ ਅਤੇ ਸਿੱਖਾਂ ਦੇ ਪ੍ਰਚਾਰ ਦੇ ਨਾਂ ਹੇਠ ਇਹ ਫਿਲਮਾਂ ਬਣਾਈਆਂ ਜਾਂਦੀਆਂ ਹਨ ਕਿ ਸਿੱਖੀ ਦਾ ਪ੍ਰਚਾਰ ਹੋਊਗਾ ਜਾਂ
ਸਿੱਖੀ ਵਧੂਗੀ, ਪਰ ਸਿੱਖੀ ਦੇ ਪ੍ਰਚਾਰ ਦਾ ਮਾਧਿਅਮ ਕਦੇ ਵੀ ਇਹੋ ਜਿਹੀਆਂ ਫਿਲਮਾਂ 'ਤੇ ਪੇਸ਼ਕਾਰੀ ਨਹੀਂ ਰਹੀ। ਸਿੱਖੀ ਦੇ ਪ੍ਰਚਾਰ ਦਾ ਮਾਧਿਅਮ ਸਾਡੇ ਕੀਰਤਨ ਸਮਾਗਮ, ਨਗਰ ਕੀਰਤਨ, ਪ੍ਰਭਾਤ ਫੇਰੀਆਂ ਜਾਂ ਗੁਰਮਤਿ ਸੰਗੀਤ ਦੇ ਮੁਕਾਬਲੇ, ਇਸ ਤਰ੍ਹਾਂ ਦਾ ਹੀ ਪ੍ਰਚਾਰ ਜੋ ਸਿੱਖੀ ਦਾ ਰਵਾਇਤੀ ਪ੍ਰਚਾਰ ਹੈ। ਇਹ ਵਿਰੋਧ ਜਿਹੜਾ ਪੂਰੇ ਪੰਜਾਬ ਵਿੱਚ ਕੀਤਾ ਜਾ ਰਿਹਾ, ਇਕੱਲਾ ਪਟਿਆਲਾ ਵਿੱਚ ਕੀਤਾ ਜਾ ਰਿਹਾ? ਦੇਖੋ ਜੀ, ਇਹ ਹੈ ਵੀ ਚੱਲ ਤਾਂ ਲਗਭਗ ਪੂਰੇ ਪੰਜਾਬ ਦੇ ਵਿੱਚ ਹੀ ਰਿਹਾ, ਪਰ ਸਾਰੀਆਂ ਜਥੇਬੰਦੀਆਂ ਦਾ ਆਪਸ 'ਚ ਕੋਈ ਤਾਲਮੇਲ ਨਹੀਂ ਹੈ ਜਾਂ ਕੋਈ ਸਪੈਸ਼ਲ ਜਥੇਬੰਦੀ। ਸਿੱਖ ਕੌਮ ਦੇ ਅੰਦਰੋਂ ਹੀ ਇੱਕ ਰੋਹ ਪੈਦਾ ਹੋਇਆ, ਆਪਣੇ ਆਪਣੇ ਤੌਰ 'ਤੇ ਜਿੰਨਾ ਜਿਹਦੇ ਤੋਂ ਬਣ ਸਰ ਰਿਹਾ ਉਹ ਕਰ ਰਿਹਾ, ਲਗਭਗ ਸਾਰੇ ਪਾਸੇ ਹੀ ਹੋ ਰਿਹਾ। ਦਰਬਾਰ ਜਥੇਬੰਦੀਆਂ ਜਿਹੜੀਆਂ ਇਹ ਵਿਰੋਧ ਕਰ ਰਹੀਆਂ ਨੇ, ਦੇਖੋ ਜਥੇਬੰਦੀ ਦਾ ਸਪੈਸੀਫਿਕ ਨਾਂ ਨਹੀਂ ਮੈਂ ਕੋਈ ਲੈ ਸਕਦਾ, ਕਿਉਂਕਿ ਜਦੋਂ ਪੂਰਾ ਸਾਹਮਣੇ ਨਹੀਂ ਕੁਛ ਜਦੋਂ ਤੱਕ ਆਉਂਦਾ ਉਦੋਂ ਤੱਕ ਪੰਥ ਦੀ ਇੱਕ ਰਵਾਇਤ ਰਹੀ ਹੈ, ਪੰਥ ਸਿਰ ਜੋੜ ਲੈਂਦਾ ਆਪਣੇ ਆਪ ਦੇ ਵਿੱਚ ਆ ਕੇ, ਤੋ ਕੋਈ ਮਤਾ ਕਰਦੇ ਨੇ, ਦੁਬਧਾ ਦੂਰ ਕਰਦੇ ਨੇ ਵੀ ਕੀ ਗੱਲ ਹੈ, ਹਜੇ ਉਸ ਤਰ੍ਹਾਂ ਦਾ ਹੀ ਪ੍ਰੋਸੈਸ ਚੱਲ ਰਿਹਾ, ਅੱਗੇ ਨੂੰ ਇਹ ਕਿਸ ਤਰ੍ਹਾਂ ਦਾ ਰੂਪ ਧਾਰਦਾ ਇਹ ਗੁਰੂ ਸਾਹਿਬ। ਇਹ ਜਿਹੜਾ ਰੋਸ ਪ੍ਰਦਰਸ਼ਨ ਆ ਤੁਹਾਡਾ, ਇਹ ਇੱਥੇ ਤੱਕ ਸੀਮਤ ਹੈ ਜਾਂ ਤੁਸੀਂ ਅੱਗੇ ਵੀ ਕੋਈ ਰੋਸ ਮਾਰਚ ਕਰ? ਦੇਖੋ, ਹੋਰ ਹੁਣ ਜਿਹੜੇ ਸੀਨੀਅਰ ਨੇ ਸਾਡੇ, ਉਹ ਜੋ ਵਿਦਿਆਰਥੀ ਜਥੇਬੰਦੀਆਂ ਨੇ, ਹੈ ਨਾ, ਜੋ ਵੀ ਨੇ, ਉਹ ਅੱਗੇ ਜੋ ਵੀ ਪ੍ਰੋਗਰਾਮ ਦੇਣਗੇ ਉਹ ਕਰਾਂਗੇ, ਕਿਉਂਕਿ ਇਹ ਫਿਲਮ ਬੰਦ ਕਰਵਾਉਣੀ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਸਿੱਖਾਂ ਦੇ ਹਿਰਦੇ ਨੂੰ ਘਾਤ ਪਹੁੰਚਾ ਰਹੀ ਹੈ। ਜਿਵੇਂ ਗੁਰਬਾਣੀ ਦਾ ਫਰਮਾਨ ਹੈ, ਇਹ ਵੱਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ, ਕਿ ਐਡੇ ਉੱਚੇ ਹੋ ਗਏ ਨੇ ਕਿ ਉਹ ਗੁਰੂ ਸਾਹਿਬ ਨੂੰ ਆਪਣੇ ਮਨ ਮਸਤਕ 'ਚ ਵਸਾ ਕੇ ਉਹ ਇੱਕ ਕੈਨਵਸ 'ਤੇ ਉਤਾਰ ਦੇਣ ਜਾਂ ਮੂਵੀਜ਼ 'ਤੇ ਉਤਾਰ ਦੇਣ। ਸੋ ਇਹ ਵਿਪਰ ਸੰਸਕਾਰ ਦਾ ਹੀ ਇੱਕ ਰੂਪ ਹੈ, ਸਿੱਖਾਂ ਦਾ ਕਦੇ ਨਹੀਂ। ਸਿੱਖੀ ਨਿਆਰੀ ਹੈ, ਸਿੱਖੀ ਮਾਡਰਨ ਨਹੀਂ ਹੈ।